ਹੁਣ ਉਹਦੇ ਚ ਕਾਲ ਇਦਾਂ ਦਾ ਆਉਂਦਾ ਜੀ ਮੇਰਾ ਬਜ਼ੁਰਗ ਹੈਗਾ ਪੈਸੇ ਮੈਂ ਦੇ ਦੂੰ ਤੁਸੀਂ ਸਾਂਭ ਲਓ। ਔਰ ਦੂਸਰੀ ਗੱਲ ਇਹ ਕਿ ਸਾਡੇ ਬਜ਼ੁਰਗ ਨੂੰ ਚਾਹੀਦਾ ਕੀ ਹੈ, ਉਹਨੂੰ ਚਾਹੀਦਾ ਕਿ ਕੋਈ ਸਾਡੀ ਗੱਲ ਸੁਣੇ। ਤੇ ਕਨਾਲ ਕਨਾਲ ਦੀ ਕੋਠੀ ਹੈ ਤੇ ਘਰ ਚ ਸਿਰਫ ਇੱਕ ਬਜ਼ੁਰਗ ਹੁੰਦਾ। ਕਿਉਂਕਿ ਅੱਜ ਤੱਕ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਦੇਸ਼ ਆ ਉਹ ਜਵਾਨ ਆ, ਜਵਾਨ ਸਾਂਭ ਲਓ, ਪਰ ਮੈਂ ਕਹਿ ਰਿਹਾ 20 ਸਾਲ ਨੂੰ ਸਾਰੇ ਬੁੱਢੇ ਆ, ਬੁੱਢੇ ਸਾਂਭ ਲਓ। 22G TV वेख रहे हो तुसीं ते मैं जस्सी बड़ैच। दोस्तों अज तुहानूं एक ऐसे शख्स दे नाल मिलावांगे जिन्हां ने एक वखरा उपराला कीता। असीं बहुत सारिया संस्थावां, बहुत सारे असीं स्कूल कॉलेजां दे नाम सुने ने बच्चों नूं लैके, पर इन्हां ने एक वखरी संस्था बनाई है जिथे बजुर्गां नूं सिखलाई दित्ती जांदी है। इंद्रप्रीत बाई साडे नाल मौजूद ने। सो ग्रे शेड जो कि इन्हां ने संस्था बनाई, सर बहुत बहुत स्वागत है तुहाडा जी। सत श्री अकाल। सब तो पहला वीरे देख दसां कि ग्रे शेड है ना, ये तुसीं कह सकदे कि तुसीं एक बेरंग दुनिया दे विच ना रंग भरे ने बजुर्गों लैके एक संस्था बनाई है। तुसीं 100 दिन का कोर्स करा रहे हो, की उस कोर्स दे विच हुंदा जां कित्थों तुहानूं यह आइडिया आया भी एक इदां दी संस्था बनाई जावे? सो जदों आपां बजुर्गां दी गल करदे आ, बंदा 60 साल दी उमर च रिटायर हो जांदा, 100 साल तो उपर दे वी साडे कोल एग्जाम्पल हैगे कि वधिया खुशहाल जिंदगी जी सकदे। मेरा सवाल अगों तुहानूं इह आ कि वो जो इंसान 60 साल दी उमर च रिटायर हो गया, वो 30 साल 40 साल 50 साल अपनी जिंदगी दे किवें कट्टूगा? ठीक है, ਉਹਦਾ जवाब भी मैं ਤੁਹਾਨੂੰ इसे तरीके ਨਾਲ दे रहा कि जी ये ਜਿਹੜੇ 30 साल 40 साल उन्होंने इंपावर किया जाए। ਅਸੀਂ ਅੱਜ तक ਮੈਡੀਕਲ ਕੇਅਰ ਤੇ ਕੰਮ ਕਰ ਚੁੱਕੇ ਹਾਂ, ਅਸੀਂ ਅੱਜ ਕੱਲ੍ਹ ਐਲਡਰਲੀ ਕੇਅਰ ਤੇ ਕੰਮ ਕਰ ਚੁੱਕੇ ਹਾਂ। ਹੁਣ ਸਾਡਾ ਫਰਜ਼ ਤੇ ਸਾਡੀ ਡਿਊਟੀ ਬਣਦੀ ਅਸੀਂ ਐਲਡਰਲੀ ਇੰਪਾਵਰਮੈਂਟ ਤੇ ਕੰਮ ਕਰੀਏ। ਔਰ ਇਹ ਜੋ ਬਜ਼ੁਰਗ ਨੇ ਜਿਨ੍ਹਾਂ ਨਾਲ ਅਸੀਂ ਕੰਮ ਕਰ ਰਹੇ ਹਾਂ, ਇਹਨਾਂ ਨੇ ਇੱਕ ਜੂਨ ਹੰਢਾ ਚੁੱਕੇ ਹੋਏ। ਠੀਕ ਹੈ ਜੀ, ਉਹਨਾਂ ਨੂੰ ਬਸ ਸਹਾਰੇ ਦੀ ਲੋੜ ਆ। ਠੀਕ ਆ, ਉਹ ਮਾਨਸਿਕ ਲੈਵਲ ਤੇ ਉਹ ਕਿ हाँ मैं खड़ा। ਹੁਣ ਬਜ਼ੁਰਗ ਨਾਲ ਗੱਲ कर रहे थे, ठीक है मैं अंकल हैगा। ठीक है, ये ਸਾਡੇ ਬਜ਼ੁਰਗਾਂ ਦੇ ਲਈ ਹੁਣ ਜਦੋਂ ਸੁਸਾਇਟੀ ਦਾ ਅਸੀਂ ਦੇਖ ਰਹੇ ਹਾਂ ਕਿ ਜੇ ਆਪਾਂ ਖੁਸ਼ਹਾਲ ਸੁਸਾਇਟੀ ਦੀ ਗੱਲ ਕਰ ਰਹੇ ਹਾਂ, ਸਾਨੂੰ ਪਹਿਲਾਂ ਰੋਟੀ ਕੱਪੜਾ ਮਕਾਨ ਬੇਸਿਕ ਨੈਸੈਸਿਟੀ ਸਾਰਿਆਂ ਕੋਲ ਹੋਵੇ। ਠੀਕ ਹੈ, ਜਦੋਂ ਸਾਰਿਆਂ ਕੋਲ ਹੋਵੇ ਉਹਦੇ ਤੋਂ ਬਾਅਦ ਸਾਡੀਆਂ ਲੋੜਾਂ ਨੇ ਸੋਸ਼ਲ ਤੇ ਇਮੋਸ਼ਨਲ। ਗ੍ਰੇ ਸ਼ੇਡਸ जो है ਜਿਨ੍ਹਾਂ ਕੋਲ ਰੋਟੀ ਕੱਪੜਾ ਮਕਾਨ ਜਿਵੇਂ 올ਡ ਏਜ ਹੋਮ ਹੋ ਗਏ ਜਾਂ ਜਿਹੜੇ ਘਰਾਂ 'ਚ ਹੋ ਗਏ ਜਾਂ ਜਿਨ੍ਹਾਂ ਦੀ ਪੈਨਸ਼ਨ ਹੈ ਬੱਚੇ ਟੇਕ ਕੇਅਰ ਕਰ ਰਹੇ, ਹੁਣ ਉਹਨਾਂ ਦੇ ਸੋਸ਼ਲ ਇਮੋਸ਼ਨਲ ਇੰਗੇਜਮੈਂਟ ਦੀ मैं ਗੱਲ ਕਰ ਰਿਹਾ। ਔਰ ਦੂਸਰੀ ਗੱਲ ਇਹ ਕਿ ਸਾਡੇ ਬਜ਼ੁਰਗ ਨੂੰ ਚਾਹੀਦਾ ਕੀ ਹੈ, ਉਹਨੂੰ ਚਾਹੀਦਾ ਕਿ ਕੋਈ ਸਾਡੀ ਗੱਲ ਸੁਣ ਲੇ। ਠੀਕ ਹੈ, ਦੂਸਰਾ ਉਹਨੂੰ ਇਹ ਚਾਹੀਦਾ ਵੀ ਮੈਂ ਕੁਝ ਕਰ ਸਕਦਾ, ਮੈਨੂੰ ਕੋਈ ਹੌਸਲਾ ਦੇ ਦੇ। ਠੀਕ ਹੈ, ਮੇਰੇ ਪਿਤਾ ਜੀ ਜਿੱਦਣ ਨਾ ਕੰਮ ਤੇ ਜਾਣ ਉਹ ਘਰੇ ਬੈਠੇ ਕੁਛ ਨਾ ਕੁਛ ਕਰਦੇ ਰਹਿੰਦੇ। ਸੋ ਸਾਨੂੰ ਇਹ ਇਦਾਂ ਦਾ ਸਮਾਜ ਹੁਣ ਸਿਰਜਣ ਦੀ ਲੋੜ ਹੈ ਔਰ ਧਿਆਨ ਦੇਣ ਦੀ ਲੋੜ। ਸਮਾਜ ਹੈ ਸਾਡੇ ਕੋਲ, ਸਿਰਜਣਾ ਵੀ ਨਹੀਂ ਪੈਣਾ, ਬਟ ਥੋੜਾ ਜਿਹਾ ਧਿਆਨ ਦੇਣ ਦੀ ਲੋੜ ਹੈ ਕਿ ਸਾਡੇ ਬਜ਼ੁਰਗ ਜਿਹੜੇ ਆ ਉਹ ਐਕਸਪ੍ਰੈਸ਼ਨ ਨਾਟ ਓਨਲੀ ਇਮੋਸ਼ਨਸ ਬਟ ਐਕਸਪ੍ਰੈਸ਼ਨ ਆਫ ਕੈਪੇਬਿਲਿਟੀਜ਼। ਠੀਕ ਹੈ, ਉਹਦੇ ਲਈ ਇਹ ਪਲੈਟਫਾਰਮ ਹੈ, ਉਹਦੇ ਲਈ ਇੰਪਾਵਰਮੈਂਟ ਹੈ ਕਿ ਉਹਦੇ 'ਚ ਕਿਉਂਕਿ ਹੁਣ ਮੈਨੂੰ 6 ਸਾਲ ਹੋ ਗਏ ਸੀਨੀਅਰਸ ਦੇ ਨਾਲ ਕੰਮ ਕਰਦੇ ਹੋਇਆ। ਸਿੱਧਾ ਜਿਹਾ ਹਿਸਾਬ ਵੀਰ ਜੀ ਇਹ ਹੈ ਕਿ ਉਹਨਾਂ ਦਾ ਪਹਿਲਾਂ ਇੱਕ ਬੰਦੇ ਨੂੰ ਜਦੋਂ ਪਿਆਰ ਉਹ ਤਾਂ ਦੂਜਿਆਂ ਨੂੰ ਕਰ ਸਕਦਾ ਜਦੋਂ ਆਪਣਾ ਉਹਦਾ ਫੁੱਲਫਿਲਡ ਆ। ਠੀਕ ਆ, ਲੰਬੀ ਜ਼ਿੰਦਗੀ ਜੀ ਕੇ ਇਸ ਮੁਕਾਮ ਤੇ ਪਹੁੰਚੇ ਹੁੰਦੇ ਬਹੁਤ ਕੀ ਚੀਜ਼ਾਂ ਉਹਨਾਂ ਦੇ ਨਾਲ ਆਈਆਂ ਹੁੰਦੀਆਂ, ਤਾਂ ਉਹ ਇਹ ਗੱਲ ਆ ਕਿ ਪਹਿਲਾਂ ਉਹ ਸੈਲਫ ਕੰਪੈਸ਼ਨ ਕਰਨ। ਠੀਕ ਆ, 4 ਚੀਜ਼ਾਂ ਦੇ ਮੈਂ ਗੱਲ ਕਰ ਲੈਣਾ। ਇੱਕ ਉਹਦੀ ਹੈਲਥ ਹੋ ਗਈ ਬਜ਼ੁਰਗ ਦੀ। ਠੀਕ ਆ, ਇੱਕ ਮਾਨਸਿਕ ਲੈਵਲ ਤੇ ਉਹ ਰੈਡੀ ਹੋ ਗਏ ਜੀ, 2 ਚੀਜ਼ਾਂ ਹੋ ਗਈਆਂ। ਤੀਸਰਾ ਉਹਨਾਂ ਨੂੰ ਇੱਕ ਗਰੁੱਪ ਮਿਲ ਗਿਆ। ਠੀਕ ਆ, ਚੌਥਾ ਫਿਰ ਇੱਕ ਪਲੈਟਫਾਰਮ ਹੀ ਹੋ ਗਿਆ, ਜੋ ਕਰਨਾ ਕਰ ਲਓ। ਸੋ ਇਹ 6 ਮਹੀਨੇ ਦੀ ਜਰਨੀ ਹੈ। ਇਹਨੂੰ ਕਹਿਣਾ ਸੌਖਾ ਪਰ ਇਹਨੂੰ पूरा एक क्योंकि एक जो घड़ा भरिया होवे उन्होंने थोड़ा जहा खाली करना पैंदा, तो ये प्रोसैस है जी 6 महीने का। तो जिवें जी थोनू ये चिटक आए कितों थोनू आइडिया आया, क्योंकि घर चों ही थोनू ठोकर लगी इदां दी, घर चों ही बजुर्गों का इदां दा माहौल देखा भी नहीं यार आ चीज़ ते काम कीता जावे? जी मेरा पिंड झबाल, पिंड झबाल तरन तारण। ठीक है जी, तो साडे बजुर्ग आए सीगे बर्मा दी जदों लड़ाई हो गई उत्थों उन्होंने छड्ड के आउणा पिया, कोई माहौल सीगा। ते भूआ जी का घर, साडा घर, ताया जी का घर, बाउंडरी एक। ठीक है, और असीं पले इदां कि क्योंकि माता जी काम ते जांदे आ ते उदों काम कर रहे सीगे मम्मी मेरे मदर, रोटी जे इधर पसंद नहीं आई इधरों खा लैनी जां इधरों खा लैनी, उदों नहीं दुखदा हुंदा सीगा। फिर मैनू मौका मिल गया जी गुरु नानक देव यूनिवर्सिटी तो पढ़न दा, मैं ग्रैजुएशन उत्थों कीती आ। सो उत्थे हुण अज मैं चंडीगढ़ च खड़ा होकर तुहाडे नाल गल कर रहा, इत्थे कनाल कनाल दी कोठी है ते घर च सिर्फ एक बजुर्ग हुंदा। ठीक है जी, एक स्टडी भी आई आ PGI ने भी स्टडी की थी, तो अद्धी पापूलेशन जो 100 बजुर्ग ने उहदे चों 50 लोग मानसिक रोगों के शिकार हो रहे हैं। ठीक है, उहदे च तुसीं एनजाइटी लै सकदे जे, ब्लड प्रैशर लै सकदे, बहुत सारिया चीज़ां है कुछ नहीं ज़्यादा, बट उन्होंने कोई ना कोई उन्हों का साथ चाहिए। हुण मैं आया जी उस परिवार तो उठ के जिथे बजुर्गों का ख्याल रखा जाता। मेरी दादी जी ने 21 साल अपनी जिंदगी जी एक कैंसर के नाल बताई है, पर वो बहुत खुशहाल रह के क्योंकि लड़ते रहे क्योंकि परिवार की सपोर्ट बहुत सी। मेरे डैडी ने अपना सारा काम छड़ता सीगा उन्हां दी सेवा करन, क्योंकि PGI जो इलाज चलता सीगा डॉक्टर ने कहा सीगा माई नूं लै जाओ इन्हां दी सेवा करो, इन्हां को 3 महीने डैडी ने उन्हां नूं दस्से बगैर घरे लै आए, कहता भी तू दवाइयां नहीं खाणियां, क्योंकि परिवार का माहौल ऐ बन गया सीगा भी जिहदे बंदे को घट समा उहदे लई ला दो। और फिर वो जी सेवा लगे सीगे वो 21 साल जी के गए। सो 21 साल का सफर उन्होंने ये बोलते नहीं सीगे। मैं भी पैदा होया, मैं 7 साल तक अपना जिहड़ा मैनू स्टोरीज जिहड़ियां सुनाइयां जांदियां ये परिवार चों आके जो तुसीं इत्थे देखदे जे उत्थे मैनू कई लोग मैनू पुछदे भी तुसीं क्यों कर रहे हो, मैं कहना मैं क्यों ना करा। जदों तुसीं देख पा रहे हो तुहाडीआं अखां खुल्लियां होईयां, तुसीं देख पा रहे हो भी लोग स्ट्रगल कर रहे हैं और तुसीं हैगे जे कैपेबल उन्हां नूं हैल्प करन दे लई, ते असीं मॉडल बना लिया। एक हुण मॉडल ये बना लिया कि 6 महीने का ये बॉडी वाइज हैल्थ वाइज रेडी हो जाए, दिमाग सही हो जाए, मैंटल इमोशन अप टू डेट है जी, मैं कॉन्फिडेंट है, मैं पॉजिटिव फील करता। मेरे को एक साथ आ 25 लोगों का जिमें एक ग्रुप हो गया, तुम अच्छे बजुर्गों ने गल्लां कीतियां, फिर वो समाज से जी चीज़ लहर लैके आनी चाहते लै आओ इन्हों को, इन्हों को तो टाइम ये तो कहें साड़ी गल सुनो आके। जो तुसीं शुरुआत की थी तो किहड़ियां-किहड़ियां तुहानूं प्रॉब्लम बहुत सारे लोगों ने इस जिद्दां आपां नैगेटिव बहुत हुंदे पिंडां दे विच लोग मजाक भी करते मखौल भी करते भी ये यार किहड़े कम्मां 'च पै गया तूं, पता नहीं इहनूं कोई पैसे की नीड होगी जां इहने कोई संस्था बना ली इहनूं बाहरों पैसा आऊगा, इदां दा तुहानूं सामना करना पैंदा गल्लां। देखो जी संस्था हुण जिवें मैं बना ली, मेरे यार दोस्त सीगे मैनूं बड़ा प्यार जिहा आउंदा, हुण मैं 2-2 हज़ार लिया सीगा सारिआं तों, मैं 22 साल दा सीगा जदों मैं ऑर्गेनाइजेशन रजिस्टर कराउण गया सीगा। हुण जिहड़े ते समझदे ऑर्गेनाइजेशन जदों रजिस्टर हो गई हुण मैं उहदे 'च बच गया होया, क्योंकि 1 पैसा जो मेरे को आउंदा मैं जे 1 पैसा खर्चदा उहदा मैनूं बिल चाहिदा, नहीं तो पैसा मैं अपनी कोलों दूंगा। मेरी ऑडिट हुंदी हर साल सीए हैगा जी, सो उहदे च ये गल हुंदी भी हाँ उस टाइम ते आउंदा, क्योंकि घर परिवार दे सुपने हुंदे भी तुहानूं पढ़ाता तुसीं अफसर लग जाओ, तो मैं भी अफसर लगन दी चेतना च मतलब वो टिच्चा लैके तुरिया सीगा। बट विच मैनूं लगा भी ये काम ज़्यादा जरूरी आ, इहदे च ज़्यादा मैनूं मेरी ही खुशी मिलदी, मेरे लिए वो खुशी मेरा फल आ भी मैनूं पता कि ये चीज़ा हैगियां। हुण संस्था बना ली, संस्था चलाती, संस्था चीज़ा आईयां बहुत सारिया चीज़ा आईयां जी, 6 साल हो गए मैनूं चीज़ा आईयां, बट हुण तुसीं मेरे नाल खड़े हो के गल कर रहे मैनूं खुशी है, इन्नी गल दी खुशी है कि हाँ परिवार मेरा मेरे नाल सीगा कि मैं एक साल उन्होंने कहा मैं अजे कुछ नहीं करना, क्योंकि यूजली यही हुंदा कि तू बेटा पढ़ लिया तू बाहर चले जा तू हुण मान साहब दे मैं देख रहा सीगा विजन पंजाब च वो कह रहे कि असीं बच्चे वापस लैके आउणे आ बिजनेस है ना भी ते आपां सेवा करनी है तो पहलां जा के वापस आके करनी, मैं पहलां ही शुरू कर ली ठीक है। अच्छा मैं ना तुहानूं दस्सणा चाहुंदा कि इस संस्था दे विचों इन्हां ने बजुर्गां नूं एक्टर भी बनाता, राइटर भी बनाता, ये कित्थों तुसीं उन्हां नूं गुण कित्थों लभदे हो कि तुसीं बापू तुसीं एक्टिंग लाइन शेर सिंह जी नाल असीं गल करदे सी, वो कहंदे कोई चेटक नहीं सी बचपन च, कोई एक्टर बनदी कोई चेटक नहीं सी, संस्था चाहे संस्था ने एक्टर बना के कढता बाहर। ये तो जी मैं भी नहीं सोचा सीगा, ये मैं नहीं सी सोचा, ये सिंपल जी गल है जिवें आपां कह दिंदे ना भी साडे बच्चे हुंदे उन्हां नूं हौसला चाहीदा हुंदा भी तुसीं कर सकदे हो, ये उल्टा हो गया। ये असीं बजुर्गां नूं कहंदे थापी दे के अंकल जी तुसीं कर लोगे असीं तुहाडे नाल चक दो फटे, उन्हां दे अंदर ही बहुत कुछ आ, कोई एक्टर बन गया, कोई बच्चों नूं पढ़ाउण लग पिया। हुणे वो मैनूं एक FM वालियां ने रीच आउट कीता सी, हुण बाबे भंगड़ा पाउंदे मूवी आ रही फिल्म आ रही है, वो असीं रियल लाइफ च कर रहे हैं। बिल्कुल मैं ਉਹਦੇ ਸਵਾਲ ਕਰਦਾ ਸੀ ਤੁਸੀਂ ਟ੍ਰੇਲਰ ਵੇਖਿਆ ਹੋਣਾ ਉਹ ਚ ਇਹੀ ਚੀਜ਼ਾਂ ਵਿਖਾਈਆਂ ਗਈਆਂ। ਬਿਲਕੁਲ ਜੀ ਉਹ ਜਿਹੜਾ ਚੀਜ਼ ਆ ਹੁਣ ਵਧੀਆ ਗੱਲ ਆ ਵੀ ਇਹਦੇ ਬਾਰੇ ਹੁਣ ਗੱਲਾਂ ਹੋ ਰਹੀਆਂ, ਕਿਉਂਕਿ ਅੱਜ ਤੱਕ ਆਪਾਂ ਇਹ ਗੱਲ ਕਰਦੇ ਹਾਂ ਕਿ ਸਾਡਾ ਜਿਹੜਾ ਦੇਸ਼ ਆ ਉਹ ਜਵਾਨ ਆ, ਜਵਾਨ ਸਾਂਭ ਲਓ, ਪਰ ਮੈਂ ਕਹਿ ਰਿਹਾ 20 ਸਾਲ ਨੂੰ ਸਾਰੇ ਬੁੱਢੇ ਆ, ਬੁੱਢੇ ਸਾਂਭ ਲਓ। ਸਹੀ ਗੱਲ ਹੈ ਜਿੱਦਾਂ ਕਿ ਜਵਾਨੀ ਦਾ ਕੋਈ ਲਿਮਿਟ ਹੁੰਦੀ ਹੈ, ਬੁਢਾਪੇ ਦੀ ਕੋਈ ਲਿਮਿਟ ਨਹੀਂ, ਇਹ ਸਭ ਤੋਂ ਲੰਬਾ ਸਮਾਂ, ਜਵਾਨੀ 10 ਸਾਲ ਦੀ, ਬੁਢਾਪਾ 30 40 50 ਸਾਲ ਦਾ, 50 ਤੋਂ ਬਾਅਦਾਂ ਤੁਸੀਂ ਸ਼ੁਰੂ ਕਰ ਦਿਓ। ये है कि आप जीवन अपना जिहड़ा किवें सही करके रखना, तो उहदे च यही गल्लां सीगियां कि वो तो एक एग्जाम्पल दिखाई आ, वो ये भी चंगा उपराला जी जी ये बजुर्गों बारे एक बड़ा इंपोर्टेंट जिहड़ा मुद्दा उन्होंने छेड़िया वो वधिया गल, उहनूं असीं इहदे च लगे होए कि 30 बजुर्ग आ मेरे कोल हुण इस टाइम ते, तो 25 असीं हुण होर प्रोग्राम लॉन्च करता, तो ये लखां बजुर्गां नाल क्यों नहीं कर सकदे, 30 हो गया तो ठीक आ। हुण मेरा टिच्चा उही आ, बाकी जे हाँ तुसीं वो सवाल कीता सीगा भी हुण मैनूं इहदे च ज़्यादा मज़ा आउंदा जी। इहदे विच तुसीं कोई फीस रखी है बजुर्गां नूं लैके भी इन्नी लिमिट आ महीने दी या 6 महीने पूरे कोर्स दी आ फीस? तो जिवें स्कूल च प्रोग्राम हुंदा एक स्ट्रक्चर, जिवें कॉलेज च प्रोग्राम हुंदा यंगस्टर्स वास्ते एक स्ट्रक्चर, सेम बजुर्गां वास्ते स्ट्रक्चर प्रोग्राम आ, बट हाँ फीस हैगी, फीस ਉਹਦੇ 'ਚ ਵੀ ਇਹ ਹੈ, ਉਹਦੇ 'ਚ ਇਹ ਹੈ ਕਿ ਜੇ ਤੇ ਬਜ਼ੁਰਗ 'ਚੋਂ ਪੈਸੇ ਹੈਗੇ ਵੀ ਜੇ ਉਹਦੀ ਪੈਨਸ਼ਨ ਆਉਂਦੀ, ਜੇ ਬੱਚੇ ਸਪੋਰਟ ਕਰਦੇ ਉਹ ਦੇਣਗੇ, ਜੇ ਨਹੀਂ ਕਰਦੇ ਤੇ ਨਾ ਦੇਣ। ਅੱਛਾ, ਨਹੀਂ ਤੇ ਫ੍ਰੀ ਵੀ ਕਰ ਸਕਦੇ। ਹਾਂਜੀ, ਸੋ ਉਹਦੇ 'ਚ ਮੈਂ 25% ਦੇ ਸਕਦਾ, ਮੈਂ 30% ਦੇ ਸਕਦਾ, ਮੈਂ 50% ਦੇ ਸਕਦਾ, ਮੈਂ 100% ਦੇ, ਕਿਉਂਕਿ ਕਈਆਂ ਦੀ ਡਿਗਨਿਟੀ ਸਾਡੇ ਕੋਲ ਕਰਨਲ ਰਿਟਾਇਰਡ ਪ੍ਰਿੰਸੀਪਲ ਉਹ ਕਹਿੰਦੇ ਵੀ ਮੈਨੂੰ ਇਹ ਨਾ ਦਿਓ, ਇਹ ਤੁਸੀਂ ਕਿਸੇ ਹੋਰ ਦੀ ਫੀਸ ਕੱਢ ਦਿਓ। ਪਿਛਲੀ ਵਾਰੀ ਅਸੀਂ 5 ਜਿਹੜੇ ਫੈਲੋ ਸੀਗੇ ਉਹ ਫ੍ਰੀ ਲੈ ਸੀਗੇ ਕਿਉਂਕਿ 6 ਮਹੀਨੇ ਦਾ ਖਰਚਾ ਹੈ। ਸਾਡੇ ਫੈਸਿਲਿਟੇਟਰ ਦਿੱਲੀ ਤੋਂ ਵੀ ਆਉਂਦੇ ਨੇ, ਬੰਬੇ ਤੋਂ ਵੀ ਆਉਂਦੇ ਨੇ, ਤਾਂ ਉਹ ਅਸੀਂ ਕੁਆਲਿਟੀ ਮੇਨਟੇਨ ਕਰਕੇ ਰੱਖਣੀ, ਕੰਮ ਕੰਪਰੋਮਾਈਜ਼ ਨਹੀਂ ਕਰ ਸਕਦਾ। ਤਾਂ ਉਹਦੇ 'ਚ ਇਹੀ ਹੈ ਕਿ ਆਰਗੇਨਾਈਜੇਸ਼ਨ ਦੀ ਨੀਂਹ ਵੀ ਅਸੀਂ ਇੱਥੇ ਤਰੀਕੇ ਨਾਲ ਕੰਮ ਅਪ ਟੂ ਪਰਫੈਕਸ਼ਨ ਦੇ ਨਾਲ ਕਰਾਂਗੇ। ਵੀ ਆਲ ਆਰ ਪ੍ਰੋਫੈਸ਼ਨਲ, ਮੇਰੇ ਟੀਮ ਦੇ ਮੈਂਬਰ ਕਿਸੇ ਨੇ MA ਸਾਈਕੋਲੋਜੀ ਕੀਤੀ ਹੋਈ, ਤੇ ਇਹ ਵੀ ਇੱਕ ਨਵੀਂ ਹੈ। ਮੈਂ ਇੰਪਲੋਇਮੈਂਟ ਦੀ ਗੱਲ ਕਰਾਂ, ਇੱਕ ਛੋਟੀ ਜੀ ਸੰਸਥਾ ਚਲਾ ਕੇ 3 ਜਾਣਿਆਂ ਨੂੰ ਇੰਪਲੋਇਮੈਂਟ ਤਾਂ ਮੈਂ ਵੀ ਦੇ ਰਿਹਾ। ਸੋ ਯੰਗ ਲੋਕਾਂ ਨੂੰ ਇਹਦੇ 'ਚ ਵੀ ਲੈ ਕੇ ਆਉਣਾ ਸਾਡਾ ਫਰਜ਼ ਤਾਂ ਹੈਗਾ, ਔਰ ਕੰਮ ਚੰਗਾ ਹੈਗਾ। ਉਹਦੇ 'ਚ ਇਹ ਹੈ ਕਿ ਜਿਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਨੂੰ ਸਾਡਿਆਂ ਕੋਲ ਫਾਈਨੈਂਸ਼ੀਅਲ ਦੀ ਸਪੋਰਟ ਲੋੜ ਹੈ, ਇਹ ਸੰਸਥਾ ਨਾਟ ਫॉर ਪ੍ਰੋਫਿਟ ਪਬਲਿਕ ਚੈਰੀਟੇਬਲ ਟਰਸਟ ਹੈ। ਸੋ ਉਹਦੇ 'ਚ ਅਸੀਂ ਕਿਸੇ ਕਾਰਪੋਰੇਟ ਕੋਲ ਚਲੇ ਜਾਂਦੇ ਜੀ, ਸਾਨੂੰ 5 ਜਾਣਿਆਂ ਦੀ ਫੀਸ ਸਪਾਂਸਰ ਕਰ ਦਿਓ। ਤੁਸੀਂ ਕੋਈ ਆਈਡੀਆ ਆਪਣਾ ਵੀ ਸੋਚਿਆ ਵੀ ਤੁਸੀਂ ਇਹ ਆਈਡੀਆ ਗਵਰਨਮੈਂਟ ਨਾਲ ਸਾਂਝਾ ਕੀਤਾ ਜਾਵੇ, ਕਿਉਂਕਿ ਇਸ ਮੈਨੂੰ ਲੱਗਦਾ ਇਸ ਚੀਜ਼ ਦੀ ਸਾਨੂੰ ਲੋੜ ਹੈਗੀ ਹੈ ਪੰਜਾਬ ਦੇ ਵਿੱਚ ਜੀ। ਹੁਣ ਇਹ ਹੋਮਵਰਕ ਹੋ ਗਿਆ ਸਾਡਾ, ਹੁਣ ਅਗਲਾ ਕੰਮ ਇੱਥੋਂ ਹੀ ਆ। ਹੁਣ ਜੇ ਮੈਂ 30 ਨਾ ਕਰਤਾ, ਮੈਂ ਇੱਕ ਹੋਰ ਕਰਨ ਜਾ ਰਿਹਾ। ਸੋ ਇਹਦਾ ਇੱਕ ਮਾਡਲ ਸਾਡੇ ਕੋਲ ਰੈਡੀ ਹੋ ਗਿਆ। ਇਹ ਹੁਣ ਸਾਡੀ ਸਰਕਾਰਾਂ ਨੂੰ ਡੈਫੀਨੇਟਲੀ ਸੋਚਣਾ ਪੈਣਾ ਕਿ ਜਿਵੇਂ ਹੁਣ ਅੱਜ ਦੇ ਇੱਥੇ ਗੱਲ ਕਰੀਏ ਤਾਂ ਈਜ਼ ਆਫ ਡੂਇੰਗ ਬਿਜ਼ਨਸ ਹੈ ਹਨਾ, ਜਿਵੇਂ ਕਹਿੰਦੇ ਵੀ ਸਟਾਰਟਅਪ ਕਰੋ, ਪਰ ਉਹ ਸਾਡੇ ਕੇਸ 'ਚ ਨਹੀਂ ਹੈਗਾ। ਸੇਵਾ ਨਹੀਂ ਕਰ ਸਕਦੇ ਤੁਸੀਂ ਇੰਨੀ ਸੌਖੀ। ਤੁਸੀਂ ਜੇ ਦੇਖੋ ਵੀ ਉਹ ਤਾਂ ਥੈਂਕਸ ਜੀ, ਇੱਕ ਭਲੇਮਾਨ ਸੱਜਣ ਸਾਡੇ ਹੈਗੇ ਜਿਨ੍ਹਾਂ ਨੇ ਸਾਡਾ CA ਦਾ ਪੂਰਾ ਕੰਮ ਸਾਂਭਿਆ ਹੋਇਆ। ਜਿੰਨਾ ਪੇਪਰ ਵਰਕ ਮੈਨੂੰ ਇੱਧਰ ਕਰਨਾ ਪੈ ਰਿਹਾ, ਉਨੀ ਮੇਰੇ ਕੋਲ ਡੋਨੇਸ਼ਨ ਨਹੀਂ ਆਉਂਦੀ, ਜਿੰਨਾ ਨਹੀਂ ਤੇ ਮੇਰਾ CA ਲੈ ਜਾਊਗਾ। ਠੀਕ ਹੈ, ਇਹਦੇ 'ਚ ਮੈਂ ਕਹਿੰਦਾ ਵੀ ਜਾਂ ਤੇ ਸਰਕਾਰ ਸਾਡੇ ਨਾਲ ਮੋਢਾ ਲਾ ਕੇ ਮੋਢਾ ਹੋ ਜੇ। ਹੁਣ ਠੀਕ ਆ, ਆਸ ਹੈਗੀ ਹੁਣ ਜੀ, ਇਹ ਠੀਕ ਆ ਵੀ ਇਹ ਗਵਰਨਮੈਂਟ ਨੂੰ ਵਿੱਚ ਇਨਵੋਲਵ ਹੋਣਾ ਪੈਣਾ। ਮੈਂ ਕੋਈ ਸੈਂਟਰ ਨਹੀਂ ਖੋਲ੍ਹਣਾ ਚਾਹੁੰਦਾ, ਮੈਨੂੰ ਜਿਹੜੀ ਜਗ੍ਹਾ ਮਿਲੀ ਆ ਉਹ ਵਰਤਨ ਨੂੰ ਦੇ ਦਿਓ, ਮੈਨੂੰ ਇੰਨਾ ਚਾਹੀਦਾ। ਬਜ਼ੁਰਗ ਮੈਂ ਲੈ ਆਉਂਗਾ, ਠੀਕ ਹੈ ਜੀ। ਦੂਸਰੀ ਗੱਲ ਇਹ ਆ ਕਿ ਸਾਨੂੰ ਈਜ਼ ਆਫ ਡੂਇੰਗ ਸਰਵਿਸ, ਸੇਵਾ ਕਰਨ ਦੀ ਵੀ ਈਜ਼ ਦੇ ਦਿਓ। ਠੀਕ ਆ, ਇੱਥੇ ਜਿੰਨੇ ਜੇ ਤੁਸੀਂ ਕੰਪਲਾਈਂਸ ਲੈਵਲ ਤੇ ਦੇਖੋਗੇ, ਉਹ ਸਟਾਰਟਅਪ ਨੂੰ 7 ਸਾਲ ਦੇ ਲਈ ਮਾਫ ਆ ਹੁਣ ਵੀ ਤੁਸੀਂ ਖੜਾ ਕਰ ਲਓ। ਸਾਡੇ ਵਾਲੇ ਕੇਸ 'ਚ ਨਹੀਂ ਹੈਗਾ ਉਹ। ਹੁਣ ਮੈਨੂੰ ਚੀਜ਼ਾਂ ਪਤਾ ਲੱਗ ਰਹੀਆਂ ਕਿ ਸੇਵਾ, ਈਜ਼ ਆਫ ਡੂਇੰਗ ਸੇਵਾ ਚਾਹੀਦੀ ਹੁਣ। ਇਹ ਮੇਰਾ ਲਾਸਟ ਸਵਾਲ ਤੁਹਾਨੂੰ ਰਹੂਗਾ, ਇਹ ਮੇਰੀ ਤੁਸੀਂ ਇਹ ਮੰਗ ਪਹੁੰਚਾ ਦਿਓ ਸਰਕਾਰਾਂ ਤੱਕ, ਦਫ਼ਤਰਾਂ ਤੱਕ, ਕਿ ਮੈਨੂੰ ਈਜ਼ ਆਫ ਡੂਇੰਗ ਬਿਜ਼ਨਸ ਨਹੀਂ ਚਾਹੀਦਾ, ਮੈਨੂੰ ਈਜ਼ ਆਫ ਡੂਇੰਗ ਸੇਵਾ ਚਾਹੀਦੀ ਆ। ਚੈਰੀਟੇਬਲ ਟਰਸਟ ਚਲਾ ਰਹੇ ਮੇਰੇ ਹੋਰ ਵੀ ਸੱਜਣ ਮਿੱਤਰ ਹੈਗੇ ਜਿਹੜੇ ਸੇਵਾ 'ਚ ਲੱਗੇ ਹੋਏ ਆਪਣੇ ਆਪਣੇ ਤਰੀਕੇ ਦੇ ਨਾਲ। ਸਾਨੂੰ ਹੁਣ ਈਜ਼ ਆਫ ਡੂਇੰਗ ਸੇਵਾ ਚਾਹੀਦੀ ਪੰਜਾਬ 'ਚ। ਇਹ ਜਿਹੜੀ ਸੰਸਥਾ, ਮੇਰਾ ਲਾਸਟ ਸਵਾਲ ਰਹੂਗਾ ਤੁਹਾਨੂੰ, ਇਹ ਚੰਡੀਗੜ੍ਹ ਦੇ ਵਿੱਚ ਹੀ ਆ ਜਾਂ ਤੁਸੀਂ ਅੱਗੇ ਸੋਚਿਆਗਾ ਵੀ ਇਹਨੂੰ ਪਿੰਡਾਂ ਦੇ ਵਿੱਚ ਜਾਂ ਉਹਨਾਂ ਅਸੀਂ ਕਸਬਿਆਂ ਦੇ ਵਿੱਚ ਵੀ ਲੈ ਕੇ ਜਾਈਏ? ਸੋ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਅਸੀਂ ਸੋਲਵ ਕਰ ਰਹੇ ਹਾਂ ਉਹ ਜੀ ਅਰਬਨ ਸੀਨੀਅਰ ਸਿਟੀਜ਼ਨ ਦੀ। ਠੀਕ ਹੈ ਜੀ, ਪਿੰਡਾਂ 'ਚ ਵੀ ਇਹ ਆ ਰਿਹਾ ਪਹਿਲਾਂ ਅਜੇ, ਪਰ ਫਿਰ ਵੀ ਪਿੰਡਾਂ 'ਚ ਅਜੇ ਇੱਕ ਦੂਜੇ ਨੂੰ ਪੁੱਛਗਿੱਛ ਹੈਗੀ, ਸੱਥਾਂ ਹੈਗੀਆਂ। ਮੈਂ ਆਪਣੇ ਆਪ ਪਿੰਡ 'ਚ ਆਉਣਾ, ਪਿੰਡ ਮੇਰਾ ਝਬਾਲ, ਮੈਂ ਤੁਹਾਨੂੰ ਦੱਸਿਆ। ਅੰਮ੍ਰਿਤਸਰ 'ਚ ਤੁਹਾਨੂੰ 2 ਘਰ ਛੱਡ ਕੇ, ਮਤਲਬ 3 ਘਰ ਛੱਡ ਕੇ ਫਿਰ ਵੀ ਪਤਾ ਹੋਊਗਾ। ਚੰਡੀਗੜ੍ਹ 'ਚ 2ਜਾ ਘਰ ਛੱਡ ਕੇ ਨਹੀਂ ਪਤਾ ਹੈ ਨਾ ਜੀ। ਉਹ ਜਿਵੇਂ ਜਿਵੇਂ ਸ਼ਹਿਰੀਪਨ ਆ ਰਿਹਾ, ਜਿਵੇਂ ਜਿਵੇਂ ਸਾਡਾ ਆਪਣਾ ਇੰਡੀਵਿਜੁਅਲਿਟੀ ਲਾਈਫ, ਜਿਹੜਾ ਇੰਡੀਵਿਜੁਅਲ ਪਰਸਨਲ ਸਪੇਸ ਆਪਾਂ ਕਲੇਮ ਕਰ ਰਹੇ ਹਾਂ, ਇਹ ਦਿੱਕਤਾਂ ਸਾਨੂੰ ਆ ਰਹੀਆਂ। ਅਸੀਂ ਵਾਪਸ ਕਮਿਊਨਿਟੀ ਬਿਲਡ ਕਰ ਰਹੇ ਹਾਂ, ਤਾਂ ਇਹਦੇ 'ਚ ਸਟਾਰਟ ਅਸੀਂ ਸ਼ਹਿਰਾਂ ਤੋਂ ਹੀ ਕਰਾਂਗੇ। ਵੱਡੇ ਸ਼ਹਿਰਾਂ 'ਚ ਜਾ ਸਕਦੇ ਹਾਂ, ਜਲੰਧਰ ਹੋ ਗਿਆ, ਲੁਧਿਆਣਾ ਹੋ ਗਿਆ, ਜਿਹੜੇ ਬੱਚੇ ਬਾਹਰ ਚਲੇ ਗਏ, ਕਿਉਂਕਿ ਮੈਨੂੰ ਕਾਲ ਆਉਂਦੇ ਆ ਹੁਣ। ਉਹਦੇ 'ਚ ਕਾਲ ਇਦਾਂ ਦਾ ਆਉਂਦਾ ਜੀ, ਮੇਰਾ ਬਜ਼ੁਰਗ ਹੋ ਗਿਆ, ਪੈਸੇ ਮੈਂ ਦੇ ਦੂੰ, ਤੁਸੀਂ ਸਾਂਭ ਲਓ। ਠੀਕ ਆ, ਉਹ ਵੀ ਨਹੀਂ ਅਸੀਂ ਕ੍ਰੀਏਟ ਕਰਨਾ ਚਾਹੁੰਦੇ। ਅਸੀਂ ਨਾ ਸੋਸਾਇਟੀ ਦਾ ਪਾਰਟ ਬਣ, ਬਜ਼ੁਰਗ ਸਾਡਾ ਟ੍ਰੇਨ ਹੋ ਕੇ, ਐਮਪਾਵਰ ਹੋ ਕੇ ਫੈਮਿਲੀ ਦਾ ਪਾਰਟ ਬਣੇ। ਔਰ ਅੰਦਰ ਗੱਲ ਕਰ ਰਹੇ ਸੀਗੇ, ਮੈਂ ਪੇਂਟਿੰਗ ਬਣਾਈ, ਉਹਦੇ 'ਚ ਇੱਕ ਗੱਲ ਇਹ ਵੀ, ਉਹ ਪੇਂਟਿੰਗ ਬਣਾ ਕੇ ਆਪਣੇ ਬੱਚੇ ਨੂੰ ਵੀ ਭੇਜੀ, ਦੇਖ ਅੱਜ ਮੈਂ ਪੇਂਟਿੰਗ ਬਣਾ ਕੇ ਆਇਆ। ਆਪਣੇ ਪੋਤੇ ਨਾਲ ਗੱਲ ਕਰ ਲਈ, ਜਿਹੜੇ ਨਹੀਂ ਤੇ ਗੱਲ ਕਰਨ ਦਾ ਕੋਈ ਮੌਕਾ ਹੀ ਨਹੀਂ ਹੈਗਾ। 80 ਸਾਲ ਦੀ ਉਮਰ 'ਚ ਪੇਂਟਿੰਗ ਬਣਾ ਕੇ ਉਹ ਆਪਣੇ ਬੱਚੇ ਨੂੰ US 'ਚ ਬੈਠੇ ਹੋਏ ਬੱਚੇ ਦੇ ਬੱਚੇ ਨੂੰ ਭੇਜ ਰਹੀ ਕਿ ਆਹ ਦੇਖ ਅੱਜ ਮੈਂ ਆਹ ਕੀਤਾ, ਤੂੰ ਦੱਸ ਤੂੰ ਕੀ ਕੀਤਾ। ਬੱਚੇ 'ਚ ਉਹ ਚੀਜ਼ ਪਾਵਰ ਆਊਗੀ ਨਾ ਵੀ ਸਾਡੇ ਬਜ਼ੁਰਗ ਕਰਦੇ ਤੇ ਕੋਈ ਮੁੱਦਾ ਵੀ ਤਾਂ ਹੋਵੇ ਨਾ ਗੱਲ ਕਰਨ ਦਾ। ਉਹ ਕਹਿੰਦੇ ਅਸੀਂ ਗੱਲ ਹੀ ਕਿਵੇਂ ਕਰੀਏ। ਤੇ ਇਹ ਸਾਰੇ ਮੁੱਦੇ ਹੁਣ ਗ੍ਰੇ ਸ਼ੇਡਸ ਨੇ ਠੇਕਾ ਲੈ ਲਿਆ ਹੋਇਆ ਇਹ ਬਜ਼ੁਰਗਾਂ ਦਾ, ਤੇ ਉਹਦੇ ਨਾਲ ਜਿਹੜੇ ਜਿਹੜੇ ਇੱਕ ਗਰੋ ਕਰਕੇ ਜਿਵੇਂ ਜਿਵੇਂ ਇੰਸਟੀਟਿਊਸ਼ਨ ਗਰੋ ਹੋਊਗਾ, ਵੀ ਵਿਲ ਟੇਕ ਕੇਅਰ ਆਫ ਦੈਟ। ਸੋ ਬਾਈ ਬਹੁਤ ਚੰਗਾ ਲੱਗਾ ਤੁਹਾਨੂੰ ਮੁਲਾਕਾਤ ਕਰਕੇ। ਅਸੀਂ ਕਹਿੰਦੇ ਤੁਹਾਡੀ ਸੰਸਥਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਥੈਂਕ ਯੂ ਜੀ। ਤੁਸੀਂ ਵੇਖ ਸਕਦੇ ਹੋ ਕਿ ਸੰਸਥਾ ਦੇ ਵਿੱਚ ਜਿੱਦਾਂ ਤੁਹਾਨੂੰ ਸਾਰੀਆਂ ਅਸੀਂ ਖੁੱਲ੍ਹ ਕੇ ਗੱਲਾਂ ਬਾਤਾਂ ਕੀਤੀਆਂ, ਚਰਚਾ ਕੀਤੀ ਕਿ ਇੱਕ ਵੱਖਰਾ ਅਤੇ ਨੇਕ ਉਪਰਾਲਾ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਹੈਗਾ। ਸੋ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਇੱਦਾਂ ਹੀ ਸੰਸਥਾ ਹੀ ਸਾਨੂੰ ਬਹੁਤ ਲੋੜ ਆ, ਨੀਡ ਆ, ਕਿਉਂਕਿ ਸਾਡੇ ਬਜ਼ੁਰਗਾਂ ਨੂੰ ਜਿੱਥੇ ਇਕੱਲਾਪਣ ਉਹਨਾਂ ਦਾ ਇਸ ਤਰੀਕੇ ਨਾਲ ਜਿਹੜਾ ਦੂਰ ਹੋ ਸਕਦਾ।